ਦਰਬਾਰ ਸਾਹਿਬ ਆ ਕੇ ਕਹਿਣ ਜੋਗਾ ਤਾਂ ਬੰਦਾ ਰਹਿੰਦਾ ਹੀ ਨਹੀਂ ਕੁਛ ਜੀ। ਸਭ ਕੁਛ ਬਾਬਾ ਜੀ ਦੀ ਕਿਰਪਾ ਇੰਨੀ ਆ, ਫੈਮਿਲੀ ਅਤੇ ਸਾਡੀ ਮਾਨਸੀ ਨੇ ਮੰਨਤ ਮੰਗੀ ਸੀਗੀ, ਸੁੱਖਣਾ ਸੁੱਖ ਆਏ ਹਾਂ ਅਤੇ ਬਸ ਕਿਰਪਾ ਕਰਨ ਬਾਬਾ ਜੀ ਵਿਦਾਨ ਅਤੇ ਆਪਣਾ ਆਸ਼ੀਰਵਾਦ ਦੇਣ। ਹੱਥ ਰੱਖ ਫਿਲਮ ਦਾ ਕੋਈ ਕਰਨ ਹੀ ਨਹੀਂ ਆਏ ਕੁਛ ਜੀ, ਫਿਲਮਾਂ ਸਾਈਡ 'ਤੇ ਇੱਥੇ ਉਹ ਕੰਮ ਨਹੀਂ ਕਰਨਾ ਚਾਹੀਦਾ। ਇੱਥੇ ਸਿਰਫ ਬਾਬਾ ਜੀ ਦੇ ਦਰਸ਼ਨ ਕਰਨ ਆਏ ਹਾਂ, ਉਹਨਾਂ ਦਾ ਆਸ਼ੀਰਵਾਦ ਲੈਣ ਆਏ ਹਾਂ। ਸਭ ਠੀਕ ਰਹੇ, ਤੰਦਰੁਸਤ ਰਹਿਣ, ਸਭ ਸਾਡੀ ਫੈਮਿਲੀ ਸਹੀ ਰਹੇ। ਮੈਂ ਦੇਖਿਆ ਨਹੀਂ ਜੀ, ਬਟ ਮੈਨੂੰ ਸੁਣਨ 'ਚ ਆਇਆ, ਵਿਚ ਇਜ਼ ਨੋਟ ਰਾਈਟ ਥਿੰਗ ਟੂ ਡੂ, ਔਰ ਮੈਨੂੰ ਇਹ ਵੀ ਸੁਣਨ 'ਚ ਆਇਆ ਕਿ ਉਹਨਾਂ ਨੇ ਮਾਫ਼ੀ ਵੀ ਮੰਗ ਲਈ ਆ। ਚਲੋ ਬਾਬਾ ਜੀ ਉਹਨਾਂ ਨੂੰ ਥੋੜ੍ਹੀ ਸਮਝਦਾਰੀ ਦੇਣ, ਔਰ ਜੇ ਸਮਝ ਆ ਗਈ ਤਾਂ ਬਹੁਤ ਵਧੀਆ ਗੱਲ ਆ। ਭਾਅ ਜੀ ਦੇਖੋ, ਮੈਂ ਕਿਸੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਹਰ ਇੱਕ ਦੀ ਆਪ ਆਪਣੀ ਮੱਤ ਆ, ਹੈ ਨਾ। ਜਿੱਦਣ ਮੈਂ ਕਹੂੰਗਾ ਉੱਦਣ ਮੈਨੂੰ ਫੜਿਓ, ਵੈਸੇ ਰੱਬ ਕਰਿਆ ਸੀ ਮੇਰੀ ਮੱਤ ਵੱਜੇ ਨਾ ਕਿ ਗੁਰੂ ਘਰ ਬਾਰੇ ਜਾਂ ਕਿਸੇ ਬਾਰੇ ਕੁਛ ਕਹਾਂ। ਬਾਬਾ ਜੀ ਮਾਫ਼ ਕਰਨ, ਪਹਿਲਾਂ ਹੀ ਸਾਨੂੰ ਕਦੀ ਚਾਹ ਕੇ ਵੀ ਨਾ ਇੱਦਾਂ ਦਾ ਲਫ਼ਜ਼ ਨਿਕਲੇ ਗੁਰੂ ਘਰ ਲਈ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ। ਮੰਮਾ ਗੁਰਦਾਸਪੁਰ ਤੋਂ, ਅਸੀਂ ਅੰਮ੍ਰਿਤਸਰ ਤੋਂ ਬੜਾ ਚਾਅ ਰਹਿੰਦਾ ਸੀ ਕਿ ਗੋਲਡਨ ਟੈਂਪਲ ਜਾਣਾ ਹੈ, ਅਤੇ ਅਸੀਂ ਰਿਧੂ ਲਈ ਵੀ ਮੰਨਤ ਮੰਗੀ ਸੀ, ਕਿਉਂਕਿ ਲੋਕਡਾਊਨ ਸੀ, ਉਸ ਤੋਂ ਬਾਅਦ ਫਿਰ ਰਿਧੂ ਕੁਝ ਜ਼ਿਆਦਾ ਹੀ ਬਿਮਾਰ ਹੋ ਗਿਆ ਸੀ, ਬਟ ਦੈਨ ਹੁਣ ਜਾ ਕੇ ਅਸੀਂ ਆਏ ਹਾਂ ਮੰਨਤ ਪੂਰੀ ਕਰਨ ਕਿ ਚਲੋ ਸਾਡੇ ਰਿਧੂ ਨੂੰ ਠੀਕ ਰੱਖਣ, ਸਾਨੂੰ ਠੀਕ ਰੱਖਣ, ਸਾਡੇ 'ਤੇ ਆਸ਼ੀਰਵਾਦ ਬਣਾਈ ਰੱਖਣ। ਔਰ ਜਿਹੜਾ ਸਵਾਲ ਤੁਸੀਂ ਪੁੱਛ ਰਹੇ ਹੋ, ਮੈਂ ਇਹ ਕਹੂੰਗੀ ਕਿ ਕੋਈ ਵੀ ਜਾਣ ਬੁੱਝ ਕੇ ਨਹੀਂ ਚਾਹੁੰਦਾ ਰੱਬ ਲਈ ਗਲਤ ਬੋਲੇ, ਹੈ ਨਾ। ਅਗਰ ਕਿਸੇ ਤੋਂ ਗਲਤੀ ਹੋ ਵੀ ਜਾਂਦੀ ਹੈ ਤਾਂ ਸਾਰੇ ਇਨਸਾਨ ਆ, ਅਗਰ ਰੱਬ ਸਾਰਿਆਂ ਨੂੰ ਮਾਫ਼ ਕਰ ਦਿੰਦਾ, ਅਸੀਂ ਤਾਂ ਇਨਸਾਨ ਫਿਰ ਗੱਲ ਨੂੰ ਕਿਉਂ ਵਧਾਈਏ। ਸੋ ਬੈਟਰ ਹੈ ਅਸੀਂ ਉਸ ਗੱਲ ਨੂੰ ਨਾ ਖੁਰੇਦ ਕੇ ਵਾਰ ਵਾਰ ਨਾ ਕਰਕੇ ਇਹ ਕਹੀਏ ਕਿ ਜਿਨ੍ਹਾਂ ਕੋਲ ਹੋਈ ਆ ਉਹਨਾਂ ਨੇ ਮਾਫ਼ੀ ਮੰਗ ਲਈ, ਅਸੀਂ ਵੀ ਕੁਛ ਨਾ ਬੋਲੀਏ ਉਲਟਾ ਕਿਸੇ ਬਾਰੇ, ਕਿਉਂਕਿ ਅਗਰ ਅਸੀਂ ਉਹਨਾਂ ਲਈ ਚਾਰ ਗੱਲਾਂ ਕਹਿ ਦਾਂਗੇ ਫਿਰ ਤਾਂ ਆਪਾਂ ਵੀ ਬੁਰੇ ਹੀ ਹੋ ਗਏ ਨਾ। ਔਰ ਬਾਬਾ ਜੀ ਉਹਨਾਂ ਨੂੰ ਮੱਤ ਬਖਸ਼ਣ, ਸਭ ਤੋਂ ਜ਼ਰੂਰੀ ਇਹ ਚੀਜ਼ ਆ ਕਿ ਦੇਖੋ ਅਸੀਂ ਸਾਡੇ ਮਾਂ ਪਿਓ ਨੇ ਸ਼ੁਰੂ ਤੋਂ ਸਾਨੂੰ ਇਹੀ ਸਿਖਾਇਆ ਕਿ ਉਹਦੀ ਮਰਜ਼ੀ ਬਿਨਾਂ ਪੱਤਾ ਵੀ ਨਹੀਂ ਹਿਲਦਾ। ਸੋ ਉਹ ਆਪ ਹੀ ਘਰਾ ਦਿੰਦਾ ਸਾਰਾ ਕੁਛ, ਉਹਨੇ ਆਪ ਹੀ ਦੇਖ ਲੈਣਾ ਸਭ ਕੁਝ ਇੱਥੇ ਹੀ ਆ। ਜੇ ਉਹਨਾਂ ਨੂੰ ਲੱਗਦਾ ਹੋਊਗਾ ਕੋਈ ਗਲਤ ਆ, ਉਹ ਆਪ ਹੀ ਸਜ਼ਾ ਦੇਣ ਵਾਲਾ। ਅਸੀਂ ਕੌਣ ਹੁੰਦੇ ਕਿਸੇ ਬਾਰੇ ਕੁਛ ਕਹਿਣ ਵਾਲੇ ਹਾਂ, ਬਸ ਅਸੀਂ ਇਹੀ ਕਹਾਂਗੇ ਜੇ ਕੋਈ ਗਲਤ ਕਰ ਰਿਹਾ ਕੁਛ, ਬਸ ਉਹਨਾਂ ਨੂੰ ਬਾਬਾ ਜੀ ਮੱਤ ਦੇਣ, ਅਕਲ ਦੇਣ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।